दिल के अरमासों में बह गए। पाकिस्तान में एक अनोखा वाकया पेश आता है कि दूल्हा बारातियों के साथ जब दुल्हन के घर पहुंचता है तो दुल्हन और इसके घर वाले फरार हो चुके होते हैं। साढ़े को 3 लाख रुपया लिया, ना कोई सानू शादी हाल लभ्या, ना उन्होंने घर लभ्या। बंदा उन्होंने फड़िया सी, उसे रात ही छाड़ दिता। दूल्हा और इसके बाराती मौजूद है, उनसे हम जानते हैं कि इनके साथ ये प्रैंक किस तरह हुआ। दूल्हा साहब ਕਿੱਦੇ ਲੈ ਕੇ ਉੱਡ ਗਈ, ਫੁੱਲ ਅੱਡ ਬੱਚ ਹੋ ਗਈ ਜੀ। ਨਾਜ਼ਰੀਨ, ਇਹ ਦੁਲਹਾ ਬਹਿਰਾ ਔਰ ਗੂੰਗਾ ਹੈ, ਜਿਸ ਕੀ ਵਜ੍ਹਾ ਸੇ ਨਹੀਂ ਬੋਲ ਸਕਦਾ ਮੈਂ। ਇਨਕੇ ਬਰਾਤੀਓ ਸੇ ਪੁੱਛਤੇ ਹੈ, ਪੁੱਛਤੇ ਹੈ ਕਿ ਇਨਕੇ ਸਾਥ ਯੇ ਕਿਆ ਸੀਨ ਹੁਆ। ਭਾਈ ਜੀ, ਮੈਨੂੰ ਇਹ ਦੱਸੋ ਹੈ ਕੀ ਪ੍ਰੈਂਕ ਹੋਇਆ ਲੈ ਕੇ ਪਹੁੰਚਦੇ ਹੋ ਬਰਾਤ, ਦੁਲਹਨ ਔਰ ਲੈ ਕੇ ਭੱਜੇ ਹੁੰਦੇ ਨੇ। ਭਾਈ ਜਾਨ, ਅਸੀਂ ਗਏ ਹਾਂ ਇੱਥੇ ਵਜੀਦਾ ਹੈ ਦਾ ਚੂਚਕ ਦੇ ਨਾਲ, ਉੱਥੇ ਨਾ ਜਿਹੜੇ ਰਿਸ਼ਤੇ ਕਰਵਾਉਣ ਵਾਲੇ ਨੇ ਉਹਨਾਂ ਆਖਿਆ ਜੀ ਸਾਡੇ ਕੋਲ ਰਿਸ਼ਤਾ ਹੈ, ਅਸੀਂ ਤੁਹਾਨੂੰ ਰਿਸ਼ਤਾ ਕਰਵਾਉਣੇ ਆ। ਅਸੀਂ ਆਖਿਆ ਵੀ ਚਲੋ ਠੀਕ ਹੈ, ਉਹ ਇਹਦੀ ਅੰਮੀ ਜਾਨ ਗਏ ਨੇ ਨਾਲ, ਕਜ਼ਨ ਹੈ ਸਾਡਾ, ਅਤੇ ਉਹ ਰਿਸ਼ਤਾ ਵੇਖਣ ਵੱਗ ਗਏ ਨੇ। ਉੱਥੇ ਉਹਨਾਂ ਰਿਸ਼ਤਾ ਵਿਖਾਇਆ ਹੈ, ਉਹਨਾਂ ਆਖਿਆ ਠੀਕ ਹੈ ਜੀ ਸਾਡੀ ਵੀ ਕੁੜੀ ਜਿਹੜੀ ਗਰੀਬ ਦਾਵੇ ਦੀ ਹੈ, ਮਤਲਬ ਅਸੀਂ ਵੀ ਗਰੀਬ ਹਾਂ। ਅਤੇ ਦੁੱਲੇ ਨੂੰ ਕੁੜੀ ਪਸੰਦ ਆ ਗਈ ਸੀ, ਆਏ ਤਾਂ ਕੁੜੀ ਉਹਦੀ ਅੰਮੀ ਨੇ ਪਸੰਦ ਕੀਤੀ ਸੀ, ਮਤਲਬ ਇਹ ਗਿਆ ਨਹੀਂ ਸੀ। ਇਹਨੇ ਮਤਲਬ ਇਹਨੇ ਵੀ ਕਿਹਾ ਹੋਣਾ ਕਿ ਕੋਈ ਨਹੀਂ, ਨਜ਼ਰ ਨਜ਼ਰ ਚਲਦੀ ਤੇ ਬਸ ਚੱਲ ਜਾਏਗਾ। ਨਹੀਂ, ਇਹਨੂੰ ਨਾ ਤਸਵੀਰ ਵਿਖਾਈ ਜਾਂਦੇ, ਤੇ ਇਹਨੇ ਆਖਿਆ ਠੀਕ ਹੈ, ਓਕੇ ਹੈ। ਪਹਿਲੇ ਇਹਦੀਆਂ ਕਿੰਨੀਆਂ ਸ਼ਾਦੀਆਂ ਹੋਈਆਂ? ਇੱਕ ਵੀ ਨਹੀਂ, ਪਹਿਲੀ ਸੀ। ਅੱਛਾ, ਪਹਿਲੀ ਸੀ, ਪਹਿਲੀ ਸੀ। ਦੁਲਹਨ ਦੀਆਂ ਕਿੰਨੀਆਂ ਹੋਈਆਂ ਹੋਰ ਗਈਆਂ? ਉਹਦੀਆਂ ਤਾਂ ਕੁਝ ਸਭ, ਮੈਂ ਨਾ ਕੁਝ ਦਰਜਨਾਂ ਨਾਲ ਹੋ ਗਈਆਂ ਨੇ। ਨਾਜ਼ਰੀਨ, ਸਭ ਬੜਾ ਫਰੈਂਕ ਇਨਕੇ ਸਾਥ ਹੀ ਹੈ। ਦੁਲੇ ਵਿਚਾਰੇ ਦੇ ਪਹਿਲੀ ਸ਼ਾਦੀ ਹੁੰਦੀ, ਉਹ ਦੁਲਹਨ ਉਹ ਇਹਦੇ ਨਾਲ ਵੀ ਨਹੀਂ ਕਰਦੀ, 5-6 ਆਲਰੇਡੀ ਹੋਈਆਂ ਹੁੰਦੀਆਂ। ਸਾਨੂੰ ਜਿਹਨੂੰ ਉਹਨਾਂ ਇਹੀ ਦੱਸਿਆ ਸੀ ਕਹਿੰਦੀ ਪਹਿਲੀ ਹੈ, ਬਾਅਦ ਸਾਨੂੰ ਪਿੰਡ ਵਾਲਿਆਂ ਕੋਲ ਪਤਾ ਲੱਗਾ ਵੀ ਇਹ ਤਾਂ ਕਦੇ ਰਾਤ ਰਹਿ ਆਉਂਦੀ, ਇੱਕ ਕਦੇ 2 ਰਾਤਾਂ ਰਹਿ ਆਉਂਦੀ ਹੈ, ਸੋਨਾ ਪੈਸੇ ਜੋ ਲੱਭਦਾ ਲੈ ਕੇ ਨਿਕਲ ਜਾਂਦਾ। ਫਿਰ ਵੀ ਸ਼ੁਕਰ ਕਰੋ ਕਿ ਮੱਲੇ ਆ ਕੇ ਨਹੀਂ ਤੁਹਾਨੂੰ ਪਤਾ ਲੱਗਿਆ ਕਿ ਬਈ ਇੱਕ ਰਾਤ ਹੋਰ ਤੇ ਇੱਕ ਰਾਤ ਹੋਰ। ਹਾਂ, ਜੋ ਸਾਨੂੰ ਬਾਅਦ ਜਿਵੇਂ ਜਿਵੇਂ ਪਤਾ ਲੱਗਿਆ ਜਿੰਨਾ ਜਿੰਨਾ ਲਈ ਹੋਈਆਂ ਉਹਨਾਂ ਉਹਨਾਂ ਸਾਡੇ ਰਿਕਾਰਡਿੰਗਾਂ ਗੱਲੀਆਂ, ਸਾਡੇ ਲਈ ਵੀਡੀਓ ਆਈਆਂ, ਫਿਰ ਸਾਨੂੰ ਪਤਾ ਲੱਗਾ। ਅਸੀਂ ਫਿਰ ਥਾਣੇ ਗਏ, ਅਸੀਂ ਉਹ ਇਹਦਾ ਮਤਲਬ ਦਰਖਾਸਤ ਦਿੱਤੀ ਖਰਚੇ ਖੁਰਚੇ ਦੀ, ਵੀ ਸਾਡੇ ਨਾਲ ਧੋਖਾ ਹੋ ਗਿਆ। ਪੈਸੇ ਕਿੰਨੇ ਲਏ ਸੀ? ਸੁਣਿਆ ਪੈਸੇ ਬੜੇ ਲਏ ਸੀ ਉਹਨਾਂ ਪਹਿਲੇ ਰਿਸ਼ਤਾ ਪੱਕਾ ਕਰਨ ਦੇ। ਹਾਂਜੀ, ਸਾਡੇ ਕੋਲ ਉਹਨਾਂ 3 ਲੱਖ ਰੁਪਈਆ ਲਿਆ। ਕਿਸ ਵਾਸਤੇ ਲਿਆ ਕਿ ਯਾਨੀ ਕਿ ਵੀ ਅਸੀਂ ਯੂ ਮਤਲਬ ਸਮਾਨ ਸਮੂਨ ਬਣਾਉਣਾ ਹੈ, ਉਹ ਕੱਪੜੇ ਲੀੜਾ ਕੁੜੀ ਦਾ ਬਣਾਉਣਾ ਹੈ, ਤੇ ਸਾਨੂੰ ਪੈਸੇ ਪਾਲੇ ਦਿਓ। ਅੱਧੇ ਉਹਨਾਂ ਮਤਲਬ 10 ਕੁ ਦਿਨ ਪਹਿਲੇ ਲਏ ਸੀ, ਤੇ ਅੱਧੇ ਬਾਅਦ ਜਦੋਂ 2 ਕੁ ਦਿਨ ਰਹਿੰਦੇ ਸੀ ਉਦੋਂ ਲਏ ਸੀ, ਵੀ ਸਾਡਾ ਸਮਾਨ ਤੇ ਸ਼ਾਦੀ ਹਾਲ ਅਸੀਂ ਬੁੱਕ ਕਰਾਉਣਾ, ਉਦੋਂ ਲਏ। ਫਿਰ ਉਹਨਾਂ ਸ਼ਾਦੀ ਹਾਲ ਬੁੱਕ ਕਰਵਾ ਲਿਆ? ਸ਼ਾਦੀ ਹਾਲ ਕਿੱਥੇ ਜੀ, ਅਸੀਂ ਤਾਂ ਨਾ ਕੋਈ ਸਾਨੂੰ ਸ਼ਾਦੀ ਹਾਲ ਲੱਭਿਆ, ਨਾ ਉਹਨਾਂ ਦਾ ਘਰ ਲੱਭਿਆ, ਤਾਲੇ ਵੱਜੇ ਹੋਏ ਸੀ। ਅੱਛਾ, ਫਿਰ ਤੁਸੀਂ ਬਰਾਤ ਲੈ ਕੇ ਥਾਣੇ ਪਹੁੰਚ ਗਏ, ਕਿੰਨੇ ਤੁਹਾਨੂੰ ਮਸ਼ਵਰਾ ਦਿੱਤਾ ਸੀ? ਬਸ ਜੀ, ਅਸੀਂ ਆਪਦੇ ਆਪ ਹੀ ਸਾਡੇ ਨਾਲ ਜਿਹੜੇ ਹੈਗੇ ਸੀ ਉਹਨਾਂ ਕਿਹਾ ਤੁਹਾਡੇ ਨਾਲ ਧੋਖਾ ਹੋਇਆ, ਤੁਸੀਂ ਸਿੱਧਾ ਥਾਣੇ ਜਾਓ, ਤੁਹਾਨੂੰ ਕੋਈ ਨਾ ਕੋਈ ਸ਼ਾਇਦ ਗਰੀਬ ਹੈਗਾ ਸੀ, ਗੂੰਗਾ ਬਹਿਰਾ ਵੀ ਇਹਦਾ ਜਿਹੜਾ ਖਰਚਾ ਹੈ ਉਹ ਤਾਂ ਆਟੇ ਆਵੇ। ਠੀਕ ਹੈ, ਸਲਾਮ ਅਲੈਕਮ ਭਾਈ ਜੀ। ਵਾਲੇਕੁਮ ਸਲਾਮ ਭਾਈ ਜੀ। ਦੁੱਲੇ ਦੇ ਕੀ ਲੱਗਦੇ ਹੋ? ਮੇਰਾ ਜੀ ਭਾਂਜਾ ਹੈ। ਤੁਹਾਡਾ ਭਾਂਜਾ? ਤੁਹਾਡੇ ਭਾਂਜੇ ਨਾਲ ਇਹ ਪ੍ਰੈਂਕ ਕਿਵੇਂ ਹੋਇਆ ਮੈਨੂੰ ਇਹ ਦੱਸੋ। ਤੁਸੀਂ ਆਪ ਮਾਸ਼ਾਅੱਲਾ ਇਤਨੇ ਸਮਝਦਾਰ ਹੋ, ਤੁਹਾਨੂੰ ਪਹਿਲੇ ਨਹੀਂ ਪਤਾ ਲੱਗਿਆ ਕਿ ਉਹ ਫਰਾਡੀ ਲੋਕ ਹੈਗੇ ਨੇ? ਬਸ ਜੀ, ਮੈਂ ਤਾਂ ਲਾਹੌਰ ਸੀ। ਅੱਛਾ, ਹਫ਼ਤਾ ਪਹਿਲੇ ਆਇਆ ਤੇ ਇਹਦੀ ਅੰਮੀ ਵੀ ਬੇਵਾ ਔਰਤ ਹੈ, ਉਹਨੂੰ ਤੱਕ ਵਜ਼ੀਦੇ ਦੀ ਇੱਕ ਔਰਤ ਹੈ ਤੇ ਇੱਕ ਬੰਦਾ ਹੈ, ਉਹਨਾਂ ਕਿਹਾ ਜੀ ਤੁਹਾਡਾ ਰਿਸ਼ਤਾ ਕਰਵਾਉਣੇ ਆ। ਉਹਨੇ ਵੀ ਆਖਿਆ ਚਲੋ ਮੇਰਾ ਵਿਚਾਰਾ ਗੂੰਗਾ ਹੈ ਤੇ ਮੇਰਾ ਰਿਸ਼ਤਾ ਕਰਵਾ ਦਿਓ। ਅੱਛਾ, ਉਸ ਲਾਲਚ 'ਚ ਉਹ ਵੀ ਆ ਕੇ ਵੀ ਚਲੋ ਕੋਈ ਦਿੰਦਾ ਰਹੇ, ਗੂੰਗਿਆਂ ਰਿਸ਼ਤਾ ਔਖਾ ਦਿੰਦੇ ਨੇ। ਕੁੜੀ ਛੁੜੀ ਉਹਨਾਂ ਵਾਹ ਵਾ ਮੰਮੀ ਡੈਡੀ ਵਿਖਾਈ ਫੋਟੋ। ਅੱਛਾ, ਵੀ ਉਹ ਛੋਰ ਨੂੰ ਪਸੰਦ ਆ ਗਈ, ਪਹਿਲੀ ਸ਼ਾਦੀ ਹੈ ਵੀ ਗਰੀਬ ਹੈ, ਸਮਾਨ ਸਮੂਨ ਤੂੰ ਆਪ ਦੇਣਾ। ਅੱਛਾ, ਉਹਨੇ ਜਨਾਬ ਨਾ ਘਰੋਂ ਜਿਹੜਾ ਕੋਈ ਗਾਂ ਵੇਚੀ, ਕੋਈ ਜ਼ਮੀਨ ਠੇਕੇ ਦਿੱਤੀ,
ਉਹਨੇ ਉਹਨਾਂ ਨੂੰ ਕੋਈ 3 ਲੱਖ ਰੁਪਈਆ ਦਿੱਤਾ ਕਰਕੇ। ਬਰਾਤ ਦਾ ਟਾਈਮ ਬਣ ਗਿਆ, ਸਾਨੂੰ ਫੋਨ ਚਲਾ ਗਿਆ ਵੀ ਐਤਵਾਰ ਦੀ ਬਰਾਤ, ਹਫ਼ਤੇ ਦੀ ਮਹਿੰਦੀ ਹੈ। ਅਸੀਂ ਜਿਹੜਾ ਹਫ਼ਤੇ ਦੀ ਰਾਤ ਡੇਗਾ ਡੂੰਗਾ ਪਾ ਗਈਆਂ, ਮਹਿਮਾਨ ਆ ਗਏ, ਸੁਬਾਹ ਗੱਡੀਆਂ ਹੋ ਗਈਆਂ। ਉਹ ਇੱਥੇ ਪਿੰਡ ਹੈ ਜੀ, ਉਹ ਗੁਲਾਮ ਕਾ ਸੱਦੇ ਨੇ, ਗੁਲਾਮ ਠੱਟਾ ਗੁਲਾਮ ਕਾ। ਉੱਥੇ ਗਏ ਤਾਂ ਅੱਗੋਂ ਪਿੰਡ ਵਾਲੇ ਆ ਗਿਆ ਵੀ ਤੁਸੀਂ ਕਿਤੇ ਕੰਜਰਾਂ ਵਾਲੇ ਫਸ ਗਏ ਜੇ, ਇਹਨਾਂ ਦਾ ਅੱਗੇ ਇਹਨਾਂ ਦਾ ਕੰਮ ਹੈ ਰੋਜ਼ ਸ਼ਾਦੀ ਕਰਨਾ, ਰੋਜ਼ ਉਜਾੜਾ ਕਰਨਾ। ਬਸ ਇਹ ਵਿਚਾਰਾ ਗੂੰਗਾ ਮੇਰੇ, ਇਹਨਾਂ ਨਾਲ ਫਰਾਡ ਹੋ ਗਿਆ, ਹਟ ਕੇ ਥਾਣੇ ਗਏ ਜੇ, ਥਾਣੇ ਵਾਲਿਆਂ ਵੀ ਕੋਈ ਕੰਪਰੋਮਾਈਜ਼ ਨਹੀਂ ਕੀਤਾ, ਬੰਦਾ ਉਹਨਾਂ ਦਾ ਫੜਿਆ ਸੀ, ਬੰਦਾ ਉਹਨਾਂ ਦਾ ਫੜਿਆ ਸੀ, ਉਸ ਰਾਤ ਹੀ ਛੱਡ ਦਿੱਤਾ। ਦੁੱਲੇ ਕੋਲ ਪੁੱਛੋ ਕਿ ਤੁਹਾਡੇ ਕੀ ਤਾਸੁਰ ਰਾਤ ਨੇ, ਦੁੱਲੇ ਨੂੰ ਉਸ ਟਾਈਮ ਕਿੰਨਾ ਗੁੱਸਾ ਆਇਆ, ਉਹਦੇ ਨਾਲ ਗੱਲ ਕਰੋ ਅਤੇ ਫਿਰ ਮੈਨੂੰ ਤਫਸੀਲ ਦੱਸੋ, ਪੁੱਛੋ ਇਹ ਤੁਸੀਂ ਕੀ ਪੁੱਛ ਰਹੇ ਜੀ, ਇਹ ਦੱਸੋ। ਜਦੋਂ ਉਹਦਾ ਜਦੋਂ ਇੱਧਰ ਗਿਆ ਨਾ ਵਾਪਸ ਆਇਆ, ਉਹ ਬੜਾ ਰੋਇਆ ਘਰ ਆ ਕੇ। ਦੁੱਲੇ ਨੇ ਵੀ ਤਾਂ ਬਗੈਰ ਬੋਲੇ ਅੰਦਰੋਂ ਬੜੀ ਉਹ ਤਾਂ ਜੋ ਮਾਂ ਬਾਪ ਫੈਸਲਾ ਕਰ ਦੇਵੇ, ਉਹ ਵਿਚਾਰੇ ਨੇ ਕੀ ਬੋਲਣਾ ਸੀ। ਲੇਕਿਨ ਉਹ ਕਰਨ ਵਾਲਿਆਂ ਸੋਚਣਾ ਚਾਹੀਦਾ ਵੀ ਅੱਗੇ ਯਤੀਮ ਹੈ ਜਾਂ ਕੌਣ ਹੈ ਜਾਂ ਕੌਣ ਹੈ। ਲੇਕਿਨ ਸਾਡੀ ਤਾਂ ਇਹ ਅਪੀਲ ਹੈ ਗੌਰਮੈਂਟ ਅੱਗੇ ਵੀ ਉਹਦੇ ਵਿਚਾਰੇ ਦਾ ਜੋ ਹੱਕ ਹਕੂਕ ਲੈ ਕੇ ਦਿੱਤਾ ਜਾਵੇ ਤੁਹਾਡੇ ਮੀਡੀਆ ਬਾਈ ਅੱਗੇ। ਕਿੰਨਾ ਖਰਚਾ ਕਿੰਨਾ ਆਇਆ ਉਹਦਾ? ਕੋਈ 4 ਲੱਖ ਰੁਪਇਆ ਖਰਚਾ ਹੋ ਗਿਆ, 1 ਲੱਖ ਰੋਟੀ ਦੇ ਹੋ ਗਿਆ, ਮਹਿੰਦੀ ਵਾਲੀ ਗੱਡੀਆਂ ਦੇ ਕਿਰਾਏ ਲੱਗ ਗਏ। ਹੁਣ ਕੀ ਪਲਾਨ ਹੈ, ਹੁਣ ਕਿਹਦੇ ਰਿਸ਼ਤਾ ਕਰਨ ਦਾ? ਹੁਣ ਜੀ ਪਲਾਨ ਅਗਲਾ ਤਾਂ ਬਾਅਦ ਦਾ, ਪਹਿਲੇ ਅਗਲਾ ਤਾਂ ਪੂਰਾ ਹੋਵੇ, ਉਹ ਤਾਂ ਬਾਅਦ ਦਾ ਜੀ ਹੁਣ ਕਰਾਂਗੇ। ਅੱਛਾ ਜੀ ਨਾਜ਼ਰੀਨ, ਇਹ ਦੁਲਹੇ ਰਾਜਾ ਮੇਰੇ ਸਾਥ ਮੌਜੂਦ ਹੈ, ਇਨਕੇ ਸਾਥ ਪਾਕਿਸਤਾਨ ਕੇ ਅੰਦਰ ਇੱਕ ਗਾਓਂ ਕੇ ਅੰਦਰ ਇਸ ਮਾਸੂਮ ਦੁਲਹੇ ਕੇ ਸਾਥ ਇੱਕ ਜ਼ਿਆਤੀ ਕੀ ਜਾਤੀ ਹੈ। ਬੰਦਾ ਰਿਸ਼ਤਾ ਲੈ ਕੇ ਪਹੁੰਚਦਾ ਹੈ, ਬਰਾਤ ਲੈ ਕੇ, ਬਰਾਤੀਓਂ ਕੇ ਸਾਥ ਬੜੀ ਪ੍ਰੋਟੋਕੋਲ ਕੇ ਸਾਥ, ਲੇਕਿਨ ਇਸਕੇ ਸਾਥ ਜ਼ਿਆਤੀ ਕੀ ਜਾਤੀ ਹੈ। ਔਰ ਅਭੀ ਤੱਕ ਦੁਲਹਨ ਕਾ ਵੀ ਨਹੀਂ ਪਤਾ ਲਗਾਇਆ ਜਾ ਸਕਤਾ ਔਰ ਨਾ ਹੀ ਕੋਈ ਇਨਕਾ ਪਤਾ ਲਗਾ ਹੈ। ਇਸੀ ਕੇ ਸਾਥ ਆਪਣੇ ਮੇਜ਼ਬਾਨ ਕੋ ਇਜਾਜ਼ਤ ਦੀਜੀਏਗਾ, ਅੱਲਾਹ ਨੇ ਕੇ ਬਾਨ।